ਜਜਮੈਂਟ ਜਿਹੜੀ ਹੈ ਉਹ ਜ਼ਰੂਰ ਦੇਖ ਲੈਣਾ, 7 ਮੈਂਬਰ ਜਜਮੈਂਟ ਹੈ ਔਰ ਜੀ ਇਹ ਆਪਣਾ ਸ਼ੋ ਮੋਟੋ ਹੈਗਾ ਨੰਬਰ 4 ਆਫ 2010 ਰਿਪੋਰਟਡ ਹੈ ਸਰ ਇਹ 7 ਮੈਂਬਰ ਜਜਮੈਂਟ 2012 ਸੁਪਰੀਮ ਕੋਰਟ 553 ਉੱਤੇ। ਅੱਛਾ ਜੀ, ਠੀਕ ਹੈ ਨਾ ਜੀ, ਮੈਂ ਦੇਖ ਲੈਣਾ। ਜਿਹੜਾ ਵੀ ਵਕੀਲ ਤੁਹਾਡਾ ਕਰ ਰਿਹਾ ਕਹਿਣਾ ਜ਼ਰਾ ਦੇਖ ਲੈਣਾ ਉਹਦੇ ਚ ਹੈਗਾ ਕਿ ਵੀ ਅਗਰ ਚਲੋ ਪਰ ਤੁਸੀਂ ਪੜੋਗੇ ਤਾਂ ਮੈਂ ਪੜ ਲੈਣਾ ਸਰ। ਮੈਂ ਉਹ ਵੀ ਦੇਖ ਲਈ ਇਹਦੀ ਜਜਮੈਂਟ ਜਿਹੜੀ 7 ਮੈਂਬਰ ਬੈਂਚ ਹੈਗੀ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਜਦ ਤੱਕ ਐਕਟ ਨਹੀਂ ਬਣਦਾ ਉਹਦਾ ਤੁਸੀਂ ਜਿਹੜਾ ਗੌਰਨਰ ਪੜੋ ਤੇ ਉਹਦਾ ਕਲਾਸ 3 ਹਾਈ ਨੋਟ ਦਾ ਲਿਖੇ ਜੀ ਜੀ ਤੇ ਉੱਥੇ ਉਹਨਾਂ ਨੇ ਰਸਤਾ ਵੀ ਦਿੱਤਾ ਹੋਇਆ ਉਹ ਮੈਂ ਦੇਖ ਲੈਣਾ ਮੇਰਾ ਜੀ। ਸਰ ਮੈਂ ਦੇਖਿਆ ਹੈ ਉਹ ਵੀ ਤੇ ਸਾਡੇ ਕੋਲ ਵੇ ਆਊਟ ਹੈ ਉਹ ਵੇ ਆਊਟ ਹੈ ਵੇ ਆਊਟ ਹੈ ਸਾਡੇ ਕੋਲ ਅਦਰਵਾਈਜ਼ ਉਹ ਕੇਸ ਹੀ ਨਹੀਂ ਸੀ ਬਣਦਾ। ਹਾਂਜੀ ਬਿਲਕੁਲ ਠੀਕ ਹੈ। ਮੈਂ ਅਸੀਂ ਇਹ ਵੀ ਹੋਣੇ ਦੇਖ ਦੂਸਰਾ ਫਾਇਲ ਸਾਹਿਬ ਅਗਰ ਕੋਈ ਕੋਈ ਬੰਦਾ ਤਿਆਰ ਹੋਵੇ ਤੁਹਾਡਾ ਮੁਨੀਰ ਅਹਿਮਦ ਖਾਨ ਵਾਲਿਆਂ ਨੇ ਇਸਤੇਮਾਲ ਕਰ ਲਓ ਕੰਟੈਂਪਟ ਆਫ ਕੋਰਟ ਦਾ ਬਿਲਕੁਲ ਕਲੀਅਰ ਕੇਸ ਹੈਗਾ ਜੋ ਕੁਛ ਹੋਇਆ।